ਨਵੇਂ ਸਾਲ ਤੇ ਦੇਖਿਆ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਵੇਖੋ ਕਿਵੇਂ ਮੋਟਰਸਾਈਕਲਾਂ ਦੇ ਵਿੱਚ ਮਾਰੀ ਟੱਕਰ। ਮੌਕੇ ਤੇ ਲੋਕਾਂ ਨੇ ਘੇਰ ਲਿਆ ਕਾਰ ਚਾਲਕ। ਦੱਸਦੇ ਕਿ ਨਵੇਂ ਸਾਲ ਤੇ ਹੀ ਵੱਡਾ ਹਾਦਸਾ ਹੋ ਗਿਆ ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਦੋ ਮੋਟਰਸਾਈਕਲਾਂ ਤੇ ਜਾ ਰਹੇ ਤਿੰਨ ਲੋਕਾਂ ਨੂੰ ਟੱਕਰ ਮਾਰੀ ਹੈ, ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਵੱਲੋਂ ਕਾਰ ਚਾਲਕ ਨੂੰ ਰੋਕ ਲਿਆ ਜਾਂਦਾ ਤੇ ਉਹ ਖੁਦ ਨੂੰ ਪੰਜਾਬ ਰੋਡਵੇਜ਼ ਦਾ ਮੁਲਾਜ਼ਮ ਦੱਸਦਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ। ਦੱਸ ਦਈਏ ਕਿ ਮਾਮਲਾ ਲੁਧਿਆਣਾ ਦਾ, ਜਿੱਥੇ ਨਹਿਰ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਗਈ ਹੈ, ਜਿਸ ਦੇ ਉੱਤੇ ਤਿੰਨ ਵਿਅਕਤੀ ਸਵਾਰ ਸੀ, ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਆ। ਕਾਰ ਚਾਲਕ ਖੁਦ ਨੂੰ ਪੰਜਾਬ ਰੋਡਵੇਜ਼ ਦਾ ਮੁਲਾਜ਼ਮ ਦੱਸ ਰਿਹਾ ਸੀ। ਉੱਥੇ ਹੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਤਾਂ ਹਾਦਸੇ ਮੌਕੇ ਕੁਝ ਲੋਕ ਮੌਜੂਦ ਸੀ, ਉਹਨਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਬੜੀ ਤੇਜ਼ੀ ਦੇ ਨਾਲ ਗੱਡੀ ਚਲਾ ਰਿਹਾ ਸੀ ਤੇ ਉਸਦਾ ਕੋਈ ਨਸ਼ਾ ਖਾਧਾ ਹੋਇਆ ਲੱਗ ਰਿਹਾ ਸੀ। ਹਾਲਾਂਕਿ ਉਸ ਨੂੰ ਹਾਦਸੇ ਤੋਂ ਬਾਅਦ ਰੋਕ ਕੇ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ ਕਿ ਉਸਨੇ ਜਲਦੀ ਖੰਨੇ ਪਹੁੰਚਣਾ ਸੀ ਤੇ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ। ਇਸ ਸੰਬੰਧੀ ਕਾਰ ਚਾਲਕ ਦਾ ਕਹਿਣਾ ਸੀ ਕਿ ਉਹ ਠੀਕ ਢੰਗ ਨਾਲ ਕਾਰ ਚਲਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਵਾਲਿਆਂ ਨੇ ਗਲਤ ਤਰੀਕੇ ਨਾਲ ਕੱਟ ਮਾਰਿਆ। ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ 5 ਮਿੰਟ ਦੇ ਵਿੱਚ ਉੱਥੇ ਪਹੁੰਚ ਗਏ ਤੇ ਹਾਦਸੇ ਦੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਬੱਚੇ ਜੀ, ਅਸੀਂ ਓਲਾ ਕਰਾਏ ਸੀ ਤੇ ਮੋਟਰਸਾਈਕਲ ਜਾ ਰਹੇ ਸੀਗੇ, ਮਗਰੋਂ ਬੰਦਾ ਆ ਕੇ ਠੋਕ ਗਿਆ ਜੀ, ਰੁਕਿਆ ਵੀ ਨਹੀਂ ਹੈਗਾ ਇਹ, ਮਗਰੋਂ ਇਹ ਗੱਡੀ ਭਜਾਲੀ ਤੇ ਗਾਹਾਂ ਕੇ ਨਹਿਰ ਤੱਕ ਬੰਦਾ ਹੋ ਠੋਕਤਾ। ਹੁਣ ਤਿੰਨ ਬੰਦੇ ਜ਼ਖਮੀ ਆ, ਤਿੰਨੋਂ ਹਸਪਤਾਲ ਦੇ ਵਿੱਚ ਪਏ ਨੇ। ਕਿੱਧਰੋਂ ਆ ਰਹੀ ਗੱਡੀ ਆ? ਇਹ ਗੱਡੀ ਆਪਣੇ ਗਿੱਲਾਂ ਤੋਂ ਆ ਰਹੀ ਹੈ, ਗਿੱਲਾ ਪੁਲ ਤੋਂ ਉਧਰੋਂ। ਕਿੰਨੇ ਐਕਸੀਡੈਂਟ ਕੀਤੇ ਬੰਦੇ ਨੇ? ਤਿੰਨ ਐਕਸੀਡੈਂਟ ਕੀਤੇ ਜੀ। ਨਸ਼ਾ ਵੀ ਕਿਤੇ ਲੱਗਦਾ ਨਾ? ਹਾਂਜੀ, ਲੱਗਦਾ ਪੂਰਾ ਨਸ਼ਾ ਪੁੱਲ ਕੀਤਾ ਹੈ। ਪੁਲਿਸ ਮੌਕੇ ਤੇ ਪਹੁੰਚ ਗਈ? ਹਾਂਜੀ, ਘੰਟੇ ਮੋਹਰ ਆਈ ਹੈ ਪੁਲਿਸ, ਘੰਟਾ ਪਹਿਲਾਂ ਫੋਨ। ਹਾਂਜੀ, ਤਿੰਨੇ ਬੰਦੇ ਐਡਮਿਟ ਨੇ ਜੀ। ਆਹ ਮੋਟਰਸਾਈਕਲ ਖੜਾ ਇੱਥੇ, ਨੁਕਸਾਨ ਆ ਦੇਖ ਲਓ, ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਮੇਰੇ ਜੀਜਾ ਜੀ ਲੱਗਦੇ ਜੀ। ਇੱਕ ਲੁਹਾਰੇ ਪੁਲ ਤੇ, ਇੱਕ ਆਪਣੇ ਆਰਮ ਮਸ਼ੀਨ ਕੋਲ, ਇੱਕ ਲੁਹਾਰੇ ਪੁਲ ਤੇ ਹੋਇਆ। ਉਧਰੋਂ ਮੋਟਰਸਾਈਕਲ ਆ ਰਿਹਾ ਸੀ, ਇਹ ਸਪੀਡ ਤੇ ਸੀ, ਇਹਨੇ ਲਿਆ ਕੇ ਇਹਦੇ ਵਿੱਚ ਮਾਰ ਕੇ ਉਹਨੂੰ ਸਿੱਟਿਆ ਉਲਟਾ ਕੇ, ਗੱਡੀ ਇਹਦੀ ਪਹਿਲਾਂ ਵੀ ਕਿਤੇ ਮਗਰ ਲੱਗੀ ਹੋਈ ਸੀ, ਉੱਥੇ ਰੋਕਿਆ। ਕਹਿੰਦਾ ਮੇਰਾ ਨੰਬਰ ਨੋਟ ਕਰ ਲਓ, ਮੈਂ ਜਾਣਾ ਖੰਨੇ, ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਉਹ ਸਾਈਡ 'ਤੇ ਲਵਾਈ, ਉੱਥੋਂ ਗੱਡੀ ਚੱਕਤੀ ਇੱਕਦਮ, ਇਹਦੇ ਮਗਰ ਭੱਜੇ ਆ, ਇੱਥੇ ਲਿਆ ਕੇ ਮੋਟਰਸਾਈਕਲ ਦੇ ਵਿੱਚ ਮਾਰੀ, ਉਹ ਬੰਦੇ ਦੇ ਗਿੱਟਾ ਤੋੜਤਾ, ਆਹ ਮੋਟਰਸਾਈਕਲ ਖੜਾ। ਪੁਲਿਸ ਇੱਕ ਘੰਟੇ ਬਾਅਦ ਆਈ ਆ, ਫੋਨ 'ਤੇ ਫੋਨ ਕਰੀ ਜਾਂਦੇ ਆ, ਨਹੀਂ ਆਏ, ਹੁਣ ਆਏ ਨੇ। ਉਹ ਕਹਿੰਦੇ ਉੱਥੇ ਸਭਾ ਕਰਕੇ ਡਿਊਟੀਆਂ ਲੱਗੀਆਂ, ਨਹੀਂ ਆ ਸਕਦੇ, ਤੁਸੀਂ ਇੰਤਜ਼ਾਰ ਕਰੋ। ਉਹ ਬੰਦੇ ਹੌਸਪੀਟਲ ਭੇਜੇ ਨੇ, ਬਾਕੀ ਹੁਣ ਪੁਲਿਸ ਆ ਗਈ ਆ, ਉਹ ਆਪਣੀ ਕਾਰਵਾਈ ਆਪ ਕਰਨਗੇ। ਲੱਗਦਾ ਪੂਰਾ ਵਾ, ਜੇ ਮੈਡੀਕਲ ਕਰਾਇਆ ਜਾਊਗਾ ਪਤਾ ਲੱਗੂ, ਉਹ ਨਸ਼ਾ ਫੁੱਲ ਆ। ਇਹ ਹੈਗਾ ਖੰਨਾ ਦੇ ਕੋਲ ਚਾਵਾ ਪਿੰਡ ਆ ਕੋਈ, ਉੱਥੇ ਦਾ ਹੈ, ਭੌਰਲਾ ਪਿੰਡ ਪਤਾ ਨਹੀਂ ਦੱਸੀ ਜਾਂਦਾ, ਆਪਦੀ ਹੁਣ ਮਰਜ਼ੀ ਹੈ, ਪਤਾ ਨਹੀਂ। ਇਹ ਤਾਂ ਹੁਣ ਪੁਲਿਸ ਕਾਰਵਾਈ ਕਰੂਗੀ ਤਾਂ ਪਤਾ ਲੱਗੂਗਾ ਕੀ ਇਹਨੂੰ ਰੋਕਿਆ, ਹੁਣ ਭੱਜਣ ਜੋਗਾ ਹੈ ਨਹੀਂ। ਗੱਡੀ ਦੀ ਪੋਜੀਸ਼ਨ ਦੇਖ ਲਓ ਸਰ, ਸਾਨੂੰ 5-10 ਮਿੰਟ ਪਹਿਲਾਂ ਕਾਲ ਆਈ ਸੀ ਕਿ ਐਕਸੀਡੈਂਟ ਕਰਕੇ ਗੱਡੀ ਜਿਹੜੀ ਆ ਉਹ ਭੱਜੀ ਆ ਅਤੇ 2 ਐਕਸੀਡੈਂਟ ਹੋਰ ਹੋਏ ਆ, ਅਤੇ ਅਸੀਂ ਹੁਣ 5 ਮਿੰਟ ਪਹਿਲਾਂ ਇੱਥੇ ਆਏ ਹਾਂ, ਅਸੀਂ 5 ਮਿੰਟ 'ਚ ਪਹੁੰਚ ਗਏ ਸੀਗੇ, ਅਤੇ 2 ਬੰਦੇ ਤਾਂ ਇੱਕ ਹੋਸਪਿਟਲ ਗਏ ਆ, ਇੱਕ ਮੋਟਰਸਾਈਕਲ ਜਿਹੜਾ ਆ ਉਹਦਾ ਵੀ ਲੱਤ ਟੁੱਟ ਗਈ ਆ, ਉਹ ਗਿਆ ਡੁਗਰੀ ਹੋਸਪਿਟਲ, ਅਤੇ ਗੱਡੀ ਜਿਹੜੀ ਆ ਉਹਦਾ ਵੀ ਐਕਸੀਡੈਂਟ ਹੋ ਗਿਆ ਆ, ਬੰਦਾ ਕੋਲੇ ਖੜ੍ਹਾ ਆ, ਅਤੇ ਹੁਣ ਅਸੀਂ ਉਹਨੂੰ ਡਿਊਟੀ ਅਫਸਰ ਬੁਲਾਇਆ, ਡਿਊਟੀ ਅਫਸਰ ਆਊਗੇ, ਇਹਨਾਂ ਨੂੰ ਲੈ ਕੇ ਜਾਂਦੇ ਹਾਂ ਡਾਬੇ ਥਾਣੇ, ਅਤੇ ਉਹਨਾਂ ਨੂੰ ਵੀ ਕਹਿਤਾ ਡਾਬੇ ਥਾਣੇ ਰਿਪੋਰਟ ਦਿਓ, ਆਪਣੀ ਦਰਖਾਸਤ ਲਿਖਾਓ ਆਪਣੀ, ਅਤੇ ਅਗਲੀ ਕਾਰਵਾਈ ਜਿਹੜੀ ਆ ਹੋਊਗੀ ਫਿਰ। ਦੇਖੋ ਨਸ਼ੇ ਦਾ ਡਰਿੰਕ ਵਗੈਰਾ ਤਾਂ ਨਹੀਂ ਕੀਤੀ,
ਕੋਈ ਹੋਰ ਡਰਾਈ ਨਸ਼ਾ ਕੀਤਾ ਆ ਉਹਦੇ ਬਾਰੇ ਤਾਂ ਪਤਾ ਨਹੀਂ ਲੱਗਦਾ, ਡਰਿੰਕ ਨਹੀਂ ਕੀਤੀ ਹੈਗੀ। ਔਰ ਮੁਲਾਜ਼ਮ ਹੀ ਲੱਗ ਰਿਹਾ ਕਹਿੰਦੇ ਕੋਈ? ਹਾਂਜੀ, ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਦੱਸਦੇ ਆ, ਸਰਕਾਰੀ ਮੁਲਾਜ਼ਮ ਹੈ। ਡਰ ਗਏ ਸੀ ਕਿ ਪੈਸੇ ਕੋਈ? ਉਹ ਕਹਿੰਦੇ ਮੈਂ ਘਬਰਾ ਗਿਆ ਸੀਗਾ, ਪਤਾ ਨਹੀਂ ਮੈਨੂੰ ਕਾਹਲੀ ਸੀਗੀ, ਐਮਰਜੈਂਸੀ ਜਾਣਾ ਸੀਗਾ। ਕਿੱਥੇ ਰਹਿਣ ਵਾਲਾ ਜੀ? ਇਹ ਇੱਧਰ ਪਿੰਡ ਦੱਸਿਆ ਕੋਈ, ਹੋਰਲਾ ਪਿੰਡ ਦੇ ਆ, ਤੇ ਗੱਡੀ 'ਚ ਕੋਈ ਤਾਂ ਦੀ ਇਤਰਾਜ਼ਯੋਗ ਸਮਾਨ ਵੀ ਨਹੀਂ ਮਿਲਿਆ। ਤੇ ਵੈਸੇ ਐਕਸੀਡੈਂਟ ਹੋਇਆ ਕਿੱਥੇ ਰਹੇ? ਇਹ ਸਟਾਰ ਸਕੂਲ ਦੇ ਨੁੱਕਰ ਤੇ ਹੋਇਆ, ਪੁਲ ਉੱਪਰ ਚੜ੍ਹਦੇ ਸਾਰੇ ਚੜ੍ਹਾਈ, ਦੋ ਉੱਥੇ ਹੋਏ ਆ, ਇੱਕ ਇਹ ਠੇਕੇ ਦੇ ਕੋਲ ਹੋਇਆ।